लो जी स्रोतियो बल्ले बल्ले फिल्म एंड कार्ड्स तो तुहाडा राजेश चोपड़ा। इस टाइम थानू तुसी कहंदे हुणे कित्थे आ गए, असीं आ गए खेतां विच जी निहोल के पिंड दा बंदा जी थानू मिलाउणा, एक बहुत रंगीला बंदा, बहुत वधिया जमी देसी बंदा, और क्या कलाकारी है बंदे दी, तुसी देख के हैरान रह जूंगे। हाँ जी भाई जी, क्या हाल चाल है? बहुत वधिया जी। क्या हाल चाल? चढ़दी कला। वाह जी वाह, वाह जी वाह, वाह जी। होर ठीक ठाक हो? हाँ ठीक ठाक है। नाम दसो एक बार अपना स्रोतियां नूं। मेरा बलबीर सिंह उर्फ काका। बलबीर सिंह उर्फ काका। हाँ जी। वाह जी वाह। और पिंड कड़ा जी? निहोलका। पिंड निहोलका। बहुत वधिया शख्सियत है जी, तुसी गल्लां बातां सुनोगे, तुसी मैं कहना अपने आप शेयर करी जाना। और काका जी, हाँ जी, एक पहला मैं चाहना भी पहले ही शुरुआत च एक थोड़ी जी चीज़ सुनाओ, छोटी जी कोई भी सुना दो। लोको सुख दे यार मैं बहुत वेखे, पर दुख च मुख छपाउण वाले, पहला तलियां दे हेठां हथ दिंदे, फिर मरन ते भी घबराउण जिहड़े, पत्ते पाना दे बिकदे मैं मुल वेखे, पर अक्कां दे कम ना आउण वाले, लख लाण तां जारो कंगलियां नूं, मुश्किल पई ते दगा कमाउण जिहड़े, मुश्किल पई ते दगा कमाउण। वाह जी वाह, वाह जी वाह, मुश्किल पई ते दगा कमाउण जिहड़े। काका जी नज़ारा आ गया। अच्छा एक होर, एक गा के थोड़ी तरन्नम च भी आ जावे। अच्छा तरन्नम च भी आ जाओ, कोई गा के आ जाओ कोई चीज़। ਉਹ ਮੁੱਚ ਪੜੀਂਦੇ ਗੱਭਰੂ ਇੱਕ ਫੁੱਟਦੀਆਂ ਨਾਰਾਂ, ਉਹ ਮੁੱਚ ਪੜੀਂਦੇ ਗੱਭਰੂ ਇੱਕ ਫੁੱਟਦੀਆਂ ਨਾਰਾਂ, ਸਿੰਘ ਪਟੀਂਦੇ ਬੈਠ ਕੇ ਨਿੱਤ ਮਾਰ ਨਮਾਰਾਂ, ਉਹ ਸਰਾਦੋ ਵਾਲੀ ਸਾਧ ਦੀ ਚੋਰਾਂ ਦੀਆਂ ਰਾਤਾਂ, ਉਹ ਨਿਤਮਕ ਲਾਵਾ ਕੰਜਰੀ ਦਾ ਨਿੱਤ ਸੰਗਤਾਂ, ਉਹ ਇੱਜ਼ਤ ਰਹਿੰਦੀ ਕਦੀ ਕਦੀ ਜੇ ਸਹੁਰੀ ਜਾਈਏ, ਇੱਜ਼ਤ ਰਹਿੰਦੀ ਕਦੀ ਕਦੀ ਜੇ ਸਹੁਰੀ ਜਾਈਏ, ਸਾਡੂ ਦੇ ਨਾਲ ਲੈਣ ਦੇਣ ਨਾ ਬਹੁਤਾ ਪਾਈਏ, ਉਹ ਬਿਨਾਂ ਨਿਆਣਾ ਪਾਉਣ ਤੇ ਗਊ ਨਾ ਚੋਈਏ, ਉਹ ਬਿਨਾਂ ਨਿਆਣਾ ਪਾਉਣ ਤੇ ਗਊ ਨਾ ਚੋਈਏ, ਘਰ ਵਿੱਚ ਸਭ ਕੁਝ ਹੁੰਦਿਆਂ ਨਾ ਚੀਜ਼ ਲੁਕੋਈਏ, ਉਹ ਚੋਰੀ ਜੁਗਲੀ ਝੂੜਦੀ ਆ ਆਤ ਮਾੜੀ, ਚੋਰੀ ਜੁਗਲੀ ਝੂੜਦੀ ਆ ਆਤ ਮਾੜੀ, ਉਹ ਕਦੇ ਸਿਆਣੇ ਪੁਰਸ਼ ਨੂੰ ਟਿੱਚਰ ਨਾ ਕਰੀਏ, ਕਦੇ ਸਿਆਣੇ ਪੁਰਸ਼ ਨੂੰ ਟਿੱਚਰ ਨਾ ਕਰੀਏ, ਬੇਕ ਭਰਾਈ ਨਾਰ ਨੂੰ ਹੌਕਾ ਨਾ ਭਰੀਏ, ਉਹ ਭਾਈਆਂ ਵਰਗੀ ਬਾਰਨੀ ਵਿੱਚ ਖਾਰ ਨਾ ਹੋਵੇ, ਉਹ ਜੂਏ ਜੇਡੀ ਕਾਰਨੀ ਵਿੱਚ ਹਾਰ ਨਾ ਹੋਵੇ, ਉਹ ਕਿਹੜਾ ਕਾਲੇ ਨਾਗ ਦੇ ਸਿਰ ਨੂੰ ਹੱਥ ਲਾਵੇ, ਉਹ ਮੱਚਦੀ ਕਿਹੜਾ ਅੱਗ ਨੂੰ ਖੀਸੇ ਵਿੱਚ ਪਾਵੇ, ਉਹ ਚੰਦਰਾ ਮਰੇ ਗੁਆਂਢੀ ਜੋ ਵਿੱਚ ਟੋਰਾ ਲਾਵੇ, ਉਹ ਰਿਸ਼ਤੇਦਾਰ ਕੀ ਬੂਕਣਾ ਜਿਹੜਾ ਕੰਮ ਨਾ ਆਵੇ, ਉਹ ਚੌਧਰ ਕੁੜੀ ਕੁਆਰੀ ਦੇ ਹੱਥ ਕਦੇ ਨਾ ਦਈਏ, ਚੌਧਰ ਕੁੜੀ ਕੁਆਰੀ ਦੇ ਹੱਥ ਕਦੇ ਨਾ ਦਈਏ, ਘਰ ਦਾ ਖਰਚ ਅਤੇ ਆਮਦਨੀ ਨਿੱਤ ਲਿਖਦੇ ਰਹੀਏ, ਘਰ ਦਾ ਖਰਚ ਅਤੇ ਆਮਦਨੀ ਨਿੱਤ ਲਿਖਦੇ ਰਹੀਏ। ਵਾਹ ਜੀ ਵਾਹ, ਘਰ ਦਾ ਖਰਚ ਆਮਦਨੀ ਨਿੱਤ ਲਿਖਦੇ ਰਹੀਏ। ਵਾਹ ਜੀ ਵਾਹ। ਤੁਸੀਂ ਸਰੋਤੋਂ ਦੇਖ ਲਿਆ ਵੀ ਕਾਕਾ ਜੀ ਬਲਬੀਰ ਕਾਕਾ ਜੀ ਬਹੁਤ ਰੌਣਕੀ ਬੰਦੇ ਨੇ, ਔਰ ਬੜਾ ਕੁਛ ਆਪਣਾ ਦੇ, ਕੁਛ ਆਪਣਾ ਲਿਖਿਆ ਵੀ ਸੁਣਾ ਦਿਓ, ਆਪਣਾ ਲਿਖਿਆ ਆਣ ਦਿਓ ਕੁਛ। ਕਈ ਰੋਜ਼ ਜਹਾਨ ਉੱਤੇ ਐਛੀ ਬੰਦੇ, ਹਾਂ ਕਈ ਰੋਜ਼ ਜਹਾਨ ਉੱਤੇ ਐਛੀ ਬੰਦੇ, ਖਾਲਾਂ ਖੱਟ ਲੈ ਮਾਣ ਜਵਾਨੀਆਂ ਹੋਏ, ਉਹ ਤੇਰੇ ਜੋੜ ਸਰੀਰ ਦੇ ਰੁਕ ਜਾਣੇ ਆਉਣਾ ਜਾਂ ਦਮਨਾ ਮਨਾ ਅਭਿਮਾਨੀਆਂ ਹੋਏ, ਇੱਕ ਵਾਰ ਤੂੰ ਜਿਨ੍ਹਾਂ ਦਾ ਦਰਸ਼ ਕੀਤਾ ਮਿਲਣ ਗੇੜ ਨਾਲ ਰੂਹਾਂ ਮਸਤਾਨੀਆਂ ਹੋਏ, ਉਹ ਜਿਹੜੇ ਲੱਖਾਂ ਰੁਪਈਆਂ ਦੇ ਕੰਮ ਕਰਦੇ ਆਖਰ ਜਾਣੀਆਂ ਪੱਲੇ ਦੁਆਨੀਆਂ ਹੋਏ, ਟਾਈਮ ਮਿੰਟ ਸਕਿੰਟ ਨਹੀਂ ਫੇਲ ਹੋਣਾ ਲੈਣਾ ਜਮਾਂ ਨੇ ਫਕੜ ਪ੍ਰਾਣੀਆਂ ਹੋਏ, ਪਾਣੀ ਨਾਮ ਦਾ ਦੇ ਸਰੀਰ ਤਾਂ ਇਹ ਸੁੱਕ ਚੁੱਕ ਨਾ ਪੱਕ ਬਰਾਨੀਆਂ ਹੋਏ, ਨੇਕੀ ਵਧੀ ਦੀ ਤੇਰੀ ਫਰਿਸ਼ਤ ਬਣ ਜੂ ਸੱਚ ਬੋਲ ਪੂਰਾ ਤੋਲ ਬਾਣੀਆਂ ਹੋਏ, ਧੀਆਂ ਪੁੱਤਾਂ ਨੇ ਮੂਲ ਨਹੀਂ ਸਾਥ ਦੇਣਾ ਪਾਉਂਦਾ ਜਿਨ੍ਹਾਂ ਲਈ ਫਿਰੇ ਬਰਾਨੀਆਂ ਹੋਏ, ਕਰ ਲਾ ਦੇਸ ਲਈ ਮਨ ਕਬੂਲ ਕਾਕੇ, ਪਿੱਛੇ ਜੱਗ 'ਤੇ ਰਹਿਣ ਨਿਸ਼ਾਨੀਆਂ ਹੋਏ, ਪਿੱਛੇ ਜੱਗ 'ਤੇ ਰਹਿਣ ਨਿਸ਼ਾਨੀਆਂ ਹੋਏ। ਵਾਹ ਜੀ ਵਾਹ, ਵਾਹ ਜੀ ਵਾਹ, ਵਾਹ ਜੀ ਵਾਹ, ਬਹੁਤ ਵਧੀਆ ਬਹੁਤ ਵਧੀਆ। ਕਾਕਾ ਜੀ ਲਿਖ ਵੀ ਲੈਂਦੇ ਜੀ, ਬਹੁਤ ਵਧੀਆ ਲਿਖਦੇ ਆ ਕਾਕਾ ਜੀ। ਔਰ ਇੱਕ ਤੁਸੀਂ ਉਹ ਮਾਣਕ ਸਟਾਈਲ ਵੀ ਸੁਣਾਇਆ ਤਾ ਕੁਛ, ਹਾਂ ਹਾਂ, ਉਹ ਕਿਆ ਚੀਜ਼ ਸੀ ਉਹ ਲਿਆਓ? ਉਹ ਕੀ ਬੰਦੇ ਜਿਹੜੇ ਖਾਣ ਕਮਾਈ ਰੰਨਾਂ ਦੀ, ਉਹ ਕੀ ਬੰਦੇ ਜਿਹੜੇ ਖਾਣ ਕਮਾਈ ਤੀਵੀਆਂ ਦੀ, ਕਰਦੇ ਕੰਮ ਡੱਕਾ ਨਾ ਵੇਲੇ ਮੌਜ ਅੜਾਉਂਦੇ, ਹੱਥ ਵਿੱਚ ਬਗਲੀ ਫੜ ਕੇ ਰੱਬ ਦੇ ਨਾਂ 'ਤੇ ਮੰਗਦੇ, ਜੋ ਪੀਣ ਸ਼ਰਾਬਾਂ ਪੈਸਾ ਜੂਏ ਵਿੱਚ ਹਰਾਉਂਦੇ, ਇਹੋ ਜਿਹੇ ਬੰਦਿਆਂ ਨੂੰ ਦਰਗਾਹ ਵਿੱਚ ਢੋਈ ਮਿਲਦੀ ਨਾ ਪੈਂਦੇ, ਜੂਨ ਗਧੇ ਦੀ ਭਾਰ 'ਤੇ ਕਰਜ਼ਾ ਲਾਉਂਦੇ, ਚੰਦਰੇ ਮਾਪੇ ਜਿਹੜੇ ਭਾਰ ਸਮਝਦੇ ਧੀਆਂ ਦਾ, ਜਦ ਮਟਿਆਰਾਂ ਹੋਈਆਂ ਕਾਹਤੇ ਨਹੀਂ ਵਿਆਹੁੰਦੇ, ਕਈ ਕਹਿੰਦੇ ਛੱਡ ਵਿਆਹ ਕੇ ਧੀ ਭਰਾਏ ਮਾਪਿਆਂ ਦੀ ਮੰਗਦੇ, ਦਾਜ 'ਚ ਪੈਸਾ ਭੁੱਖੇ ਨੀਤ ਵਿਖਾਉਂਦੇ, ਘਰ ਦੀ ਛੱਡ ਜਨਾਨੀ ਹੋਰ ਬਗਾਨੀ ਲਿਆਉਂਦੇ ਨੇ, ਸੁਣਨ ਵਾਲਿਓ ਸੱਚ ਜ਼ਬਾਨ 'ਤੇ ਆਇਆ ਰੁਕਦਾ ਨਾ, ਮੂੰਹ 'ਤੇ ਸੱਚ ਕਹੇ 'ਤੇ ਸਾਰੇ ਖਾਣ ਨੂੰ ਆਉਂਦੇ, ਮੂੰਹ 'ਤੇ ਸੱਚ ਕਹੇ 'ਤੇ ਸਾਰੇ ਖਾਣ ਨੂੰ ਆਉਂਦੇ। ਵਾਹ ਜੀ ਵਾਹ ਵਾਹ। ਹੋਰ ਕਾਕਾ ਜੀ ਕਿਆ ਕਹਿ ਕਰ ਰਹੇ ਹੈ ਅਤੇ ਕੰਮ ਕਿਆ ਚੱਲ ਰਿਹਾ ਵੀ ਦਿਖਾਓ ਮਾੜਾ ਜਿਹਾ? ਬਸ ਚਾਰੇ ਦਾ ਜੀ। ਅੱਛਾ
ਪੱਠੇ ਵੱਢ ਰਹੇ ਆ ਪੱਠੇ ਵੱਢ ਰਹੇ ਆ ਹਾਂਜੀ ਇਹ ਬਈਏ ਲੱਗੇ ਹੋਏ ਆ ਇਹ ਲੱਗੇ ਹੋਏ ਆ ਜੀ ਵਾਹ ਜੀ ਵਾਹ ਬਈਏ ਲੱਗੇ ਹੋਏ ਆ ਕਾਕਾ ਜੀ ਕਰ ਰਹੇ ਜੀ ਕੰਮ ਦੇਖੋ ਖੇਤ ਦਾ ਦ੍ਰਿਸ਼ ਬਹੁਤ ਵਧੀਆ ਇਧਰਲੇ ਪਾਸੇ ਸੂਰਜ ਛਿਪ ਰਿਹਾ ਵਾਹ ਜੀ ਵਾਹ ਵਾਹ ਜੀ ਵਾਹ ਵਾਹ ਜੀ ਵਾਹ ਵਾਹ ਜੀ ਵਾਹ ਹਾਂਜੀ ਕਾਕਾ ਜੀ ਹੁਣ ਕਿਆ ਫਰਾਨ ਦੋਗੇ ਸਤਜੁਗੀ ਗੱਲਾਂ ਸਾਡੇ ਕੋਲ ਤਾਂ ਸਤਜੁਗੀ ਗੱਲਾਂ ਹਾਂਜੀ ਆਣ ਦਿਓ ਫਿਰ ਕਿਹੜੀਆਂ ਸਤਜੁਗ ਬੀਤ ਗਿਆ ਆਈ ਕਾਲ ਜੁਗ ਦੀ ਵਾਰੀ ਲੁੱਚੇ ਲੰਡੇ ਬਣੇ ਚੌਧਰੀ ਗੁੰਡੀ ਰਨ ਕਰਦੀ ਸਰਦਾਰੀ ਵਾਹ ਜੀ ਵਾਹ ਮਾੜੇ ਦਾ ਜੇ ਪਿਓ ਮਰ ਜਿਓ ਲੋਕੀ ਉੱਕਾ ਵੀ ਨਹੀਂ ਸੋਗ ਮਨਾਉਂਦੇ ਤਕੜੇ ਦੀ ਕੁੱਤੀ ਮਰ ਜੇ ਬੜੇ ਲੋਕ ਮਕਾਣੀ ਆਉਂਦੇ ਮਾੜਿਆਂ ਨੂੰ ਰਹੇ ਘੂੜ ਦਾ ਜੀਦੀ ਹੋਵੇ ਤਕੜੇ ਨਾਲ ਯਾਰੀ ਲੁੱਚੇ ਲੜੇ ਬਣੇ ਚੌਧਰੀ ਗੁੰਡੀ ਰਨ ਕਰਦੀ ਸਰਦਾਰੀ ਹੁਣ ਤੀ ਗਰੀਬ ਦੀ ਨੂੰ ਮੈਲੀ ਅੱਖ ਨਾਲ ਹਰੇਕ ਤਕਾਵੇ ਜਿਨ੍ਹਾਂ ਦੇ ਕੋਲੋਂ ਡਰ ਲੱਗਦਾ ਕਹਿ ਕੇ ਭੈਣ ਜੀ ਕੋਲੋਂ ਦੀ ਲੰਘ ਜਾਵੇ ਪੈਸੇ ਓਹਲੇ ਇੱਜ਼ਤਾਂ ਨੂੰ ਸੌਖਾ ਹੋ ਗਿਆ ਲੁੱਟੜਾ ਭਕਾਰੀ ਲੁੱਚੇ ਲੜੇ ਬਣੇ ਚੌਧਰੀ ਗੁੰਡੀ ਰਨ ਕਰਦੀ ਸਰਦਾਰੀ ਉਹ ਮਾੜੇ ਦਾ ਜੇ ਪਿਓ ਮਰ ਜੇ ਲੋਕੀ ਉੱਕਾ ਵੀ ਨਹੀਂ ਸੋਗ ਮਨਾਉਂਦੇ ਤਕੜੇ ਦੀ ਕੁੱਤੀ ਮਰ ਜੇ ਬੜੇ ਲੋਕ ਮਖਾਣੀ ਆਉਂਦੇ ਮਾੜਿਆਂ ਨੂੰ ਰਹੇ ਘੂੜ ਦਾ ਜੀਦੀ ਹੋਵੇ ਤਕੜੇ ਨਾਲ ਯਾਰੀ ਲੁੱਚੇ ਲੰਡੇ ਬਣੇ ਚੌਧਰੀ ਗੁੰਡੀ ਰਨ ਕਰਦੀ ਸਰਦਾਰੀ ਉਹ ਕਰਦੀ ਏ ਮਨਮਤੀਆਂ ਉਹ ਮਾਂ ਦੇ ਧੀ ਲੱਗਦੀ ਨਾ ਆਖੇ ਪੁੱਤ ਫੇਰੇ ਬੈਲੀ ਬਣਿਆ ਬੁੱਢੇ ਪਿਓ ਦੀ ਦਾੜੀ ਨੂੰ ਹੱਥ ਪਾ ਕੇ ਕਾਕੇ ਨਿਓਲ ਕੇ ਬਾਲੜੇ ਦਿਆ ਦੁਨੀਆ ਬਦਲ ਗਈ ਸਾਰੀ ਲੁੱਚੇ ਲੰਡੇ ਬਣੇ ਚੌਧਰੀ ਗੁੰਡੀ ਰਨ ਕਰਦੀ ਸਰਦਾਰੀ ਲੁੱਚੇ ਲੰਡੇ ਬਣੇ ਚੌਧਰੀ ਗੁੰਡੀ ਰਨ ਕਰਦੀ ਸਰਦਾਰੀ ਬਹੁਤ ਵਧੀਆ ਲੋਕ ਤੱਥ ਲਿਖਦੇ ਹੋ ਤੁਸੀਂ ਹਾਂਜੀ ਵਾਹ ਜੀ ਵਾਹ ਹੋਰ ਕੋਈ ਮੈਂ ਸੁਣਿਆ ਵੀ ਖਜ਼ਾਨਾ ਬਹੁਤ ਆ ਬੜਾ ਕੁਛ ਲਿਖਿਆ ਹੋਇਆ ਘਰੇ ਲੱਗੇ ਹੋਏ ਘਰਾਂ ਹਾਂ ਖਜ਼ਾਨਾ ਤਾਂ ਬਹੁਤ ਆ ਚਲੋ ਫਿਰ ਆਉਣ ਦੇ ਸਰੋਤਿਆਂ ਨੂੰ ਅੱਜ ਫਿਰ ਮੌਕਾ ਸਬੱਬ ਬਣਿਆ ਸੋਟੀ ਤੇਰੇ ਬਿਨਾਂ ਰਾਤ ਨੂੰ ਕਾਹਦਾ ਤੁਰਨਾ ਸੋਟੀ ਤੇਰੇ ਬਿਨਾਂ ਰਾਤ ਨੂੰ ਕਾਹਦਾ ਤੁਰਨਾ ਬੇਕ ਤਰੱਕੀ ਕਿਸੇ ਦੀ ਹੈ ਕਾਹਦਾ ਝੁਰਨਾ ਬੁਰਾ ਬੈਰੀ ਦਾ ਮਿੱਤਰੋ ਤਕਾਉਣਾ ਮਾੜਾ ਠਾਣੇ ਮੁਕਰ ਪੁਲਿਸ ਦਾ ਬਣ ਆਉਣਾ ਮਾੜਾ ਠਾਣੇ ਮੁਕਰ ਪੁਲਿਸ ਦਾ ਬਣ ਆਉਣਾ ਮਾੜਾ ਦਾਰੂ ਪੀਣੀ ਤਾਸ਼ ਖੇਡਣਾ ਚੰਗਾ ਨਿਤਨਾ ਦਾਰੂ ਪੀਣੀ ਤਾਸ਼ ਖੇਡਣਾ ਚੰਗਾ ਨਿਤਨਾ ਉਹ ਛੜੇ ਛੜਾਕਾਂ ਨਾਲ ਵਿਆਹ ਦੀ ਕਾਹਦੀ ਆ ਰਹੀ ਛੜੇ ਛੜਾਕਾਂ ਨਾਲ ਵਿਆਹ ਦੀ ਕਾਹਦੀ ਆ ਰਹੀ ਬਾਪ ਅਤੇ ਸਹੁਰੇ ਨਾਲ ਵੀ ਵੈ ਪੀਣੀ ਮਾੜੀ ਨੂੰਹ ਦੀ ਮੰਜੀ ਕੋਲ ਮੰਜੀ ਦਾ ਡਾਉਣਾ ਮਾੜਾ ਥਾਣੇ ਮੁਖਰ ਪੁਲਿਸ ਦਾ ਬਣ ਆਉਣਾ ਮਾੜਾ ਥਾਣੇ ਮੁਖਰ ਪੁਲਿਸ ਦਾ ਬਣ ਆਉਣਾ ਮਾੜਾ ਅੰਦਰ ਬੜਿਆਂ ਗੱਲ ਕਰੇ ਤਾਂ ਇੱਜ਼ਤ ਰਹਿੰਦੀ ਅੰਦਰ ਬੜਿਆਂ ਗੱਲ ਕਰੇ ਤਾਂ ਇੱਜ਼ਤ ਰਹਿੰਦੀ ਜਣੇ ਕਣੇ ਦੀ ਜਾਮਨੀ ਵੀ ਲੈਮਰ ਬਹਿੰਦੀ ਐਵੇਂ ਲਾੜੇ ਦੇ ਮਾਮੇ ਦੀ ਅਖਵਾਉਣਾ ਮਾੜਾ ਥਾਣੇ ਮੁਖਰ ਪੁਲਿਸ ਦਾ ਬਣ ਆਉਣਾ ਮਾੜਾ ਥਾਣੇ ਮੁਖਰ ਪੁਲਿਸ ਦਾ ਬਣ ਆਉਣਾ ਮਾੜਾ ਪੁਲਿਸ ਕਟਾਪੇ ਵਿੱਚ ਜਾਰਦਾ ਨਾਨਾ ਧਰੀਏ ਪੁਲਿਸ ਕਟਾਪੇ ਵਿੱਚ ਜਾਰਦਾ ਨਾਨਾ ਧਰੀਏ ਦੌਲਤ ਛੋਹਰਤ ਪੁੱਤ ਦਾ ਹੰਕਾਰ ਨਾ ਕਰੀਏ ਬਲਦੀ ਉੱਤੇ ਤੇਲ ਘਮਾਣਾ ਪਾਉਣਾ ਮਾੜਾ ਥਾਣੇ ਮੁਖਰ ਪੁਲਿਸ ਦਾ ਬਣ ਆਉਣਾ ਮਾੜਾ ਥਾਣੇ ਮੁਖਰ ਪੁਲਿਸ ਦਾ ਬਣ ਆਉਣਾ ਮਾੜਾ ਅੱਛਾ ਥਾਣੇ ਮੁਖਰ ਇਹਦੀ ਮੈਨੂੰ ਥੋੜ੍ਹਾ ਤਫਸੀਲ ਦੱਸੋ ਕਿਆ ਕਹਿੰਦੇ ਆ ਥਾਣੇ ਉਹ ਜਿਹੜੇ ਮੁਖਬਰ ਹੁੰਦੇ ਮੁਖਬਰੀ ਕਰਦੇ ਨੇ ਹਾਂ ਹਾਂ ਉਹ ਚੰਗਾ ਨਹੀਂ ਹੈਗਾ ਅੱਛਾ ਥਾਣੇ ਥਾਣੇ ਮੁਖਬਰ ਜਿਹੜੀ ਮੁਖਬਰੀ ਕਰਦੇ ਨਹੀਂ ਪੁਰਾਣੇ ਮੁਖਬਰ ਹਾਂ ਥਾਣੇ ਮੁਖਬਰ ਪੁਲਿਸ ਦਾ ਬਣ ਆਉਣਾ ਮਾੜਾ ਬਣ ਹਾਂ ਆਉਣਾ ਮਾੜਾ ਹਾਂ ਵਾਹ ਜੀ ਵਾਹ ਬਹੁਤ ਵਧੀਆ ਜੀ ਲੋਕ ਤਾਂ ਇੱਥੇ ਆਪ ਲਿਖਦੇ ਨੇ ਜੀ ਸਾਰੇ ਔਰ ਇੱਕ ਦਿਨ ਮੈਨੂੰ ਮਿਲ ਗਏ ਮੈਂ ਕਿਹਾ ਜੀ ਇਹਨਾਂ ਨੇ ਗੱਲਾਂ ਸੁਣੀਆਂ ਤਾਂ ਮੈਂ ਕਿਹਾ ਵੀ ਇਹਨਾਂ ਦਾ ਵਲੌਗ ਜ਼ਰੂਰ ਬਣਾਉਣਾ ਇੱਕ ਦਿਨ ਆ ਕੇ ਅੱਛਾ ਉਹ ਪੁਰਾਣੇ ਸਮੇਂ ਦੇ ਅਖਾੜੇ ਦੇਖੇ ਤੁਸੀਂ ਅਖਾੜੇ ਲੱਗਦੇ ਹੁੰਦੇ ਸੀ ਅਖਾੜੇ ਦੇਖੇ ਆ ਜੀ ਹੈ ਕਿਹਦੇ ਕਿਹਦੇ ਅਖਾੜੇ ਲੱਗਦੇ ਸੀ ਅਖਾੜੇ ਬਚਨੇ ਦਾ ਅਖਾੜਾ ਬਚਨੇ ਦਾ ਅਖਾੜਾ ਅੰਨੇ ਦਾ ਅਖਾੜਾ ਅੰਨੇ ਦਾ ਅਖਾੜਾ ਹਾਂ ਅੰਨਾ ਕੌਣ ਸੀ ਅੰਨਾ ਇੱਥੇ ਜੋ ਬੱਚੇ ਹੁੰਦੇ ਸੀ ਅਸੀਂ ਉਹ ਆਉਂਦੇ ਹੁੰਦੇ ਸਾਡੇ ਪਿੰਡ ਅੱਛਾ ਅੰਨਾ ਸੀਗਾ ਉਹ ਅੰਨੇ ਦਾ ਹਾਂ ਬਾਬਾ ਆਉਂਦਾ ਬਹੁਤ ਕੁਛ ਤਾਂ ਅੱਛਾ ਬਹੁਤ ਕੁਛ ਆਉਂਦਾ ਤਾਂ ਅੰਨੇ ਦਾ ਅਖਾੜਾ ਹਾਂ ਬਚਨੇ ਦਾ ਅਖਾੜਾ ਅਸੀਂ ਦੇਖਿਆ ਕਾਕੇ ਦਾ ਅਖਾੜਾ ਅਸੀਂ ਦੇਖਿਆ ਹੋਰ ਤਿੰਨ ਕੁ ਅਖਾੜੇ ਅਸੀਂ ਦੇਖੇ ਬਚਪਨ ਦੂਰ ਦੂਰ ਤੱਕ ਜਾਣਾ ਰਾਤਾਂ ਨੂੰ ਮਿਸਾਲ ਬਾਲ ਕੇ ਜਾਣਾ ਅਸੀਂ ਪੈਰ ਨੂੰ ਅੱਗ ਲਾ ਲੈਣੀ ਅੱਛਾ ਹਾਂ ਉੱਥੇ ਉਹ ਮਿਸਾਲਾਂ 'ਤੇ ਫਿਰ ਚੱਲਦੇ ਹੁੰਦੇ ਤੇ ਨਚਾਰ ਨੇ ਜੁਦਾ ਨੱਚਣਾ ਫਿਰ ਉਹਨਾਂ ਨੇ ਬੋਲੀਆਂ ਪਾਉਣੀਆਂ ਇੱਦਾਂ ਦੇ ਗਾਉਣ ਪੁਰਾਣਾ ਕਿਹੋ ਜਿਹਾ ਵਾਤਾਵਰਨ ਹੁੰਦਾ ਸੀਗਾ ਉੱਥੇ ਮਾਹੌਲ ਬਹੁਤ ਪਿੰਡ ਸਾਰਾ ਇਕੱਠਾ ਹੁੰਦਾ ਕਿਸੇ ਨੇ ਇੱਕ ਰੁਪਈਆ ਦੇਣਾ ਬੋਲੀ ਪਾਉਣੀ ਇੱਕ ਰੁਪਈਆ ਬਹੁਤ ਹੁੰਦਾ ਤਾ ਉਦੋਂ ਅੱਛਾ ਇੱਕ ਰੁਪਏ ਦੀ ਬੋਲੀ ਸਿੰਗਰ ਨੇ ਉਹਨੇ ਕਿਸੇ ਨੇ ਰੁਪਈਆ ਦੇਣਾ ਤੇ ਗਾਇਕ ਨੇ ਫਿਰ ਗਾਇਕ ਨੇ ਫਿਰ ਬੋਲੀ ਪਾ ਦੇਣੀ ਬੋਲੀ ਪਾ ਦੇਣੀ ਬੋਲੀ ਪਾ ਦੇਣੀ ਬਾ ਬੰਦੇ ਦੀ ਇੱਜ਼ਤ ਰੁਪਈਆ ਹੀ ਬਹੁਤ ਹੁੰਦਾ ਰੁਪਈਆ ਬਹੁਤ ਜਦ ਕਿੱਥੇ ਦਾ ਪੈਸਾ ਵੈਸੇ ਹੀ ਨਹੀਂ ਤਾ ਉਦੋਂ ਬਿਲਕੁਲ ਬਿਲਕੁਲ ਇੱਕ ਰੁਪਈਏ ਨੂੰ ਬਹੁਤ ਬੜਾ ਮੰਨਿਆ ਜਾਂਦਾ ਤਾ ਤੇ ਐਦਾਂ ਖੁੱਲੇ 'ਚ ਲੱਗ ਜਾਂਦਾ ਸੀ ਖੁੱਲੇ 'ਚ ਬਾਤ ਕਿਤੇ ਦੇਖ ਕੇ ਵੀ ਪੁਰਾਣੀ ਜਗ੍ਹਾ ਉੱਥੇ ਬਸ ਰੇੜੇ ਪਰ ਵੀ ਲਾ ਦਿੰਦੇ ਤੇ ਗੱਡੇ ਪਰ ਰੇੜੇ ਆਪ ਰੇੜੇ ਪਰ ਬੰਦਿਆਂ ਨੇ ਬੈਠੇ ਤੇ ਗੱਡਾ ਖੜਾ ਗੱਡੇ ਪਰ ਬੈਠ ਕੇ ਕੋਈ ਉਦਾਂ ਬੈਠ ਕੇ ਥੱਲਾ ਬਸ ਨਹੀਂ ਸਿੰਗਰ ਵੀ ਖੜਾ ਦਿੰਦੇ ਤੇ ਗੱਡੇ ਪਰ ਕਈ ਵਾਰੀ ਸਿੰਗਰ ਖੜ ਜਾਂਦੇ ਤੇ ਖੜ ਜਾਂਦੇ ਤੇ ਸਿੰਗਰ ਹਾਂ ਅੱਛਾ ਬਹੁਤ ਵਧੀਆ ਜਦ ਸਿੰਗਰ ਜਿਹੜੇ ਸੀਗੇ ਉਹ ਹੋਰ ਤਰ੍ਹਾਂ ਦੇ ਸੀ ਲਾਊਡ ਸਪੀਕਰ ਮੰਜਾ ਖੜਾ ਕਰਕੇ ਉੱਪਰ ਲਾ ਦੇਣਾ ਅੱਛਾ ਬਹੁਤ ਸੂਈ ਨਾਲ ਚੱਲਦੀ ਹੁੰਦੀ ਦੀ ਮਸ਼ੀਨ ਜੀ ਅੱਛਾ ਬਸ ਗੱਲ ਹੈ ਵੀ ਲੱਗ ਗਿਆ ਅੱਜ ਆ ਵੀ ਮੁਹੰਮਦ ਸਦੀਕ ਆ ਗਿਆ ਅੱਛਾ ਪੁਰਾਣਾ ਇਹ ਵੀ ਕਲਾਕਾਰ ਬਹੁਤ ਪੁਰਾਣਾ ਮੁਹੰਮਦ ਸਦੀਕ ਸੁਣਿਆ ਤੁਸੀਂ ਇਹਦਾ ਖੜਾ ਕੁਲਦੀਪ ਮਾਲੇ
ਮੁਹੰਮਦ ਸਦੀਕ ਵੀ ਸੁਣਿਆ ਬਹੁਤ। ਅੱਛਾ ਕੁਲਦੀਪ ਮਾਣਕ ਤਾਂ ਅਸੀਂ ਛੱਡੇ ਕਿਤੇ ਨਹੀਂ ਹੈਗਾ। ਅੱਛਾ ਮਾਣਕ ਦੇ ਅਸੀਂ ਜ਼ਿਆਦਾ ਤੇ, ਤੁਸੀਂ ਫੈਨ ਤੇ ਉਹਦੇ? ਮਾਣਕ ਦਾ ਜ਼ਿਆਦਾ ਤੇ। ਅੱਛਾ ਮਾਣਕ ਦੇ ਤਾਂ ਐਂ ਤੇ ਨਾ ਵੀ ਪੁੱਛੋ ਇਹਨਾਂ ਜਿੱਦਾਂ ਪਤਾ ਲੱਗਾ ਮਾਣਕਾ ਵੀ ਅਸੀਂ ਦੋ ਦਿਨ ਪਹਿਲੇ ਵੀ 25 ਤਰੀਕ ਨੂੰ ਪੱਠੇ ਪੁੱਠੇ ਵੱਢ ਲੈਣੇ ਅਸੀਂ। ਅੱਛਾ ਕਿ ਜਦੋਂ ਆਏ ਤਾਂ ਵੀ ਘਰ ਦੇ ਵੀ ਕਹਿੰਦੇ ਵੀ ਬੜੇ ਪੱਠੇ ਪੁੱਠੇ ਵੱਢ ਕੇ ਜਾਇਓ ਭਾਈ ਜਿੱਥੇ ਜਾਣਾ। ਅੱਛਾ 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 ਮਾਣਕ ਦੇ ਪਹੁੰਚ ਜਾਂਦੇ ਤੇ? ਹਾਂ ਮਾਣਕ ਸੁਣਨਾ ਤੇ ਇੱਕ ਵਾਰ ਰਾਤ ਨੂੰ ਸਾਈਕਲ ਵਾ ਅਕਬਰ ਮਕਰੋੜ ਲੱਗਿਆ ਇੱਥੇ ਅਕਬਰਪੁਰ ਮਕਰੋੜ। ਹਾਂ ਉੱਥੇ ਸਾਈਕਲਾਂ ਭਰੇ ਚੱਲੇ ਗਏ ਰਾਤ ਨੂੰ ਤਾਂ। ਅੱਛਾ ਤੇ ਇੱਕ ਵਾਰ ਇੱਥੇ ਢੰਗਰਾਲੀ ਤਾਂ ਦਿਨ ਵਿੱਚ ਇਹ ਤਾਂ। ਅੱਛਾ ਇੱਧਰ ਹਾਂ ਹੋਰ ਬਹੁਤ ਦੂਰ ਤੱਕ ਨਹੀਂ ਅਸੀਂ। ਟਾਇਰਾਂ ਨੂੰ ਕਿੱਦਾਂ ਅੱਗ ਲਾ ਲੈਂਦੇ ਤੂੰ ਕਿਆ ਗਲਤੀ? ਟਾਇਰ ਜਿਹੜੇ ਘਸੇ ਹੋਏ ਟਾਇਰ ਹੁੰਦੇ ਤੇ ਹਾਂ ਹਾਂ ਉਹਨਾਂ ਨੂੰ ਅਸੀਂ ਵੱਢ ਲੈਣਾ। ਅੱਛਾ ਫੜ ਕੇ ਬਸ ਰਾਤ ਨੂੰ ਜਦ ਵੇ ਆਉਣਾ ਹਾਂ ਰਾਮਲੀਲਾ ਦੇਖਣ ਜਾਣਾ ਉਹ ਵਿਚਾਲਣੇ ਵਿੱਚ ਆਉਣਾ। ਅੱਛਾ 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 ਇੱਦਾਂ ਦਾ ਵਿਰਸਾ ਤਾਂ ਉਦੋਂ। ਅੱਛਾ ਇੱਕ ਵਾਰੀ ਖਾੜਾ ਲੱਗਿਆ ਤਾਂ ਕਿਤੇ ਉੱਥੇ ਤੁਸੀਂ ਵੀ ਕੁਛ ਗਾਤਾ ਤਾਂ ਮੈਨੂੰ ਯਾਦ ਹੈ। ਹਾਂ ਉੱਥੇ ਤੁਸੀਂ ਗੱਲ ਦੱਸਦੇ ਤੇ ਪਿਛਲੀ ਵਾਰੀ। ਹਾਂ ਕਿਆ ਹੋ ਗਿਆ ਤਾਂ ਉੱਥੇ ਕਿਆ ਗਾਇਆ ਤਾਂ ਤੁਸੀਂ? ਫਿਰ ਕਹਿੰਦੇ ਵੀ ਚੱਲ ਮਾਲਕ ਸਾਹਿਬ ਉਦੋਂ ਹੀ ਚੱਲ ਕੇ ਕਹਿੰਦੇ ਵੀ ਚੱਲ ਯਾਰ ਤੁਸੀਂ ਸੁਣਾ ਦੇ ਕੋਈ ਗੱਲ ਹੀ। ਅੱਛਾ ਤੁਹਾਨੂੰ ਕਹਿ ਤਾ ਮੈਨੂੰ ਉੱਥੇ ਕਿਹੜੀ ਸੁਣਾਈ ਤੇ ਉਹੀ ਸੁਣਾ ਦੋ ਅੱਜ ਇੱਥੇ। ਉਦੋਂ ਉਹ ਕੱਲੀ ਤੀ ਮੇਰਾ ਕਰ ਲਓ ਯਾਦ ਕੋਈ ਨਹੀਂ। ਹਾਂ ਉਹ ਕੱਲੀ ਤੀ ਹਾਂ ਗੱਲ ਸੁਣ ਸਿਆਲਾਂ ਦੀ ਕੁੜੀਏ ਨੇ ਮੂੰਹ ਮਿੱਠੀਏ ਜ਼ਹਿਰ ਦੀ ਪੁੜੀਏ ਨੀ ਇਹਨੂੰ ਕਾਹਨੂੰ ਲਾਰਾ ਲਾਉਣਾ ਸੀ ਜੇ ਤੂੰ ਖੇੜੀ ਵਿਆਹ ਕਰਵਾਉਣਾ ਸੀ ਗਲੀਆਂ ਵਿੱਚ ਰਾਂਝਾ ਰੋਲ ਦਿੱਤਾ ਚੱਕ ਕੇ ਝੁੰਮਣ ਹੀਰ ਤੂੰ ਡੋਲੀ ਬਹਿ ਗਈ ਖੇੜਿਆਂ ਦੀ ਰਾਂਝੇ ਝਾਕ ਨੇ ਦੁਹੱਤੜ ਪੱਟੀ ਮਾਰੀ ਟੁੱਟ ਗਈ ਯਾਰੀ ਤੇ ਮਨ ਮੁੜਿਆ ਮੁੜਿਆ ਲੱਗਦਾ ਨਹੀਂ ਹੈ ਨਹੀਂ ਅੱਖਾਂ ਦੇ ਵਿੱਚ ਪਹਿਲਾਂ ਵਾਲੀ ਧਾਰੀ ਉਦੋਂ ਕਹਿੰਦੀ ਤੂੰ ਨਾ ਜਿਉਂਦੇ ਜੀ ਮੁੱਖ ਮੋੜੂੰਗੀ ਧੋਖਾ ਦੇ ਗਈ ਜੱਟੀਏ ਤੂੰ ਕੌਲਾਂ ਤੋਂ ਹਾਰੀ ਕਿਹੜਾ ਮੂੰਹ ਲੈ ਕੇ ਨਹੀਂ ਜਾਵਾਂ ਤਖ਼ਤ ਹਜ਼ਾਰੇ ਨੂੰ ਤਾਨੇ ਭਾਬੀਆਂ ਦੇ ਫਿਰਜੂ ਸੀਨੇ ਆਰੀ ਅੱਜ ਤੱਕ ਮੇਰੀ ਸੀ ਕੱਲ੍ਹ ਹੋਰ ਕਿਸੇ ਦੀ ਹੋ ਜੂੰਗੀ ਪੱਲੜੇ ਝਾੜ ਤੁਰ ਗਿਆ ਖਾਲੀ ਹੱਥ ਬਵਾਰੀ ਹੱਥ ਤਾਂ ਜੁੜ ਗਏ ਨਹੀਂ ਜਿਨ੍ਹਾਂ ਦੇ ਨਾਲ ਅਮੀਰਾਂ ਦੇ ਰੱਖਦੇ ਕਦੇ ਉਹਨਾਂ ਨਾਲ ਗਰੀਬਾਂ ਯਾਰੀ ਹੱਥ ਵਿੱਚ ਫੜੀ ਕਾਲਜਾ ਫਿਰ ਇਹ ਤਰੀਕਿਆਂ ਵਾਲਾ ਨਹੀਂ ਲੈ ਗਏ ਮਾਰ ਮਿਰਗਣੀ ਖੇੜਿਆਂ ਦੇ ਸ਼ਿਕਾਰੀ ਲੈ ਗਏ ਮਾਰ ਮਿਰਗਣੀ ਖੇੜਿਆਂ ਦੇ ਸ਼ਿਕਾਰੀ। ਲਓ ਜੀ ਸਰੋਤੇ ਤੁਸੀਂ ਕਮੈਂਟ ਕਰਕੇ ਦੱਸਣਾ ਜੀ ਕਾਕਾ ਸਿੰਘ ਨੂੰ ਹਰ ਇੱਕ ਚੀਜ਼ ਜਿਹੜੀ ਯਾਦ ਹੈ ਬਿਲਕੁਲ ਹੀ ਕੋਈ ਕਿਤੇ ਇਹਨੂੰ ਵੀ ਕਾਪੀ ਫੜੀ ਹੋਈ ਹੈ ਜਾਂ ਕਿਤੇ ਦੇਖ ਰਹੇ ਹੈ ਇਹ ਸਭ ਕੁਛ ਯਾਦ ਇੰਨਾ ਕੁਛ ਯਾਦ ਹੈ ਤੁਹਾਨੂੰ ਬਹੁਤ ਕੁਛ ਯਾਦ ਹੈ ਜਿੰਨਾ ਕੁਛ ਤੁਸੀਂ ਸੁਣਾ ਦਿੰਦੇ ਹੋ ਇੱਦਾਂ ਹੀ ਸੁਣਾ ਦਿੰਦੇ ਹੋ ਸਹਿਜਤਾ ਨਾਲੇ ਇਹਦਾ ਮਤਲਬ ਤੁਹਾਡੇ ਵਿਚਾਰਾਂ ਵਿੱਚ ਮਨ ਵਿੱਚ ਵੀ ਇਹੀ ਚੱਲਦਾ ਰਹਿੰਦਾ ਹੈ ਇਹੀ ਚੱਲਦਾ ਰਹਿੰਦਾ ਇਹੀ ਚੱਲਦਾ। ਅੱਛਾ ਕੋਈ ਹੋਰ ਇੱਦਾਂ ਦੀ ਕੋਈ ਜਿਹੜਾ ਹੈ ਅਕਬਰ ਮਾਨਕ ਨੇ ਉੱਤੇ ਪਟਕਾ ਲਾਇਆ ਫਿਰ ਪਟਕਾ ਲਾਇਆ ਤਾਂ ਹੀਰ ਨੇ ਚੌੜ 'ਚ ਰਾਂਝੇ ਦਾ ਪਟਕਾ ਪਾੜਤਾ। ਅੱਛਾ ਫਿਰ ਉਤੋਂ ਅਸੀਂ ਉਹ ਪਟਕਾ ਵੀ ਸਾੜਾ ਅਸੀਂ ਵੀ ਬਹੁਤ ਬੇਵਸੀ ਵੀ ਲੱਗ ਗਏ ਉਹ ਪਟਕੇ ਨੂੰ ਗਾਉਣ। ਅੱਛਾ ਕਿਆ ਤਾ ਉਹ ਹੀਰ ਨੇ ਚੌੜ 'ਚ ਰਾਂਝੇ ਦਾ ਪਟਕਾ ਪਾੜਤਾ ਰਾਂਝਾ ਆਪਣਾ ਪਿਆਰ ਭੁੱਲ ਕੇ ਹੀਰ ਨੂੰ ਲੱਗਿਆ ਕਹਿਣ ਕਹਿੰਦਾ ਧੋਖਾ ਕੀਤਾ ਨਹੀਂ ਤੂੰ ਸੁਣ ਚੂਚਕ ਦੀ ਇਹ ਛੋਕਰੀਏ ਪਟਕਾ ਪਾੜ ਕੇ ਮੇਰਾ ਲੀਰੋ ਲੀਰ ਬਣਾਇਆ ਤੇਰੇ ਭਾ ਦਾ ਜੱਟੀਏ ਪਾਟਿਆ ਦੋ ਕੁਛ ਖੱਦਰ ਨਹੀਂ ਮੇਰੇ ਭਾ ਦਾ ਮਰ ਗਿਆ ਅੱਜ ਅੰਮਾ ਦਾ ਜਾਇਆ ਅੱਜ ਤੋਂ ਸਾਲ ਸੈਂਕੜੇ ਪਹਿਲਾਂ ਹੀਰ ਸਲੇਟੜੀਏ ਬਾਬੇ ਨਾਨਕ ਨੇ ਸੀ ਹਲ ਧਰਤੀ ਤੇ ਵਾਹਿਆ ਬੀਜ ਤਾਂ ਸੱਚਖੰਡ ਤੋਂ ਲਿਆ ਕੇ ਹੀਰੇ ਨਰਮੇ ਦਾ ਧੰਨੇ ਭਗਤ ਦੇ ਕੋਲੋਂ ਆਪ ਸੀ ਬਿਜਵਾਇਆ ਪਾਣੀ ਦਿੱਤਾ ਫੇਰ ਨਹੀਂ ਉਹਨੂੰ ਦੇਵਤੇ ਇੰਦਰ ਨੇ ਖੁਰਪੇ ਰਵੀਦਾਸ ਦੇ ਨਾਲ ਸੀ ਗੜਵਾਇਆ ਵਿੱਚ ਦਾ ਦਿਨਾਂ ਦੇ ਹੀਰੇ ਫੁੱਟ ਨਰਮੇ ਦੇ ਖੜਗੇ ਨਹੀਂ ਸੱਦ ਕੇ ਕੋਕ ਆਪ ਦੀਆਂ ਪਰੀਆਂ ਤੋਂ ਚੁਕਵਾਇਆ ਵੇਲਿਆ ਪਾਰਵਤੀ ਤੇ ਪਿੰਜਿਆ ਮਾਤਾ ਸੀਤਾ ਨੇ ਮਾਈ ਲੋਈ ਕੋਲੋਂ ਸੂਤ ਨਹੀਂ ਕਤਵਾਇਆ ਸੂਤ ਦੇ ਤਾਂ ਹੀਰੇ ਫੇਰ ਨਹੀਂ ਭਗਤ ਕਬੀਰ ਨੂੰ ਲੈ ਕੇ ਨਾਮ ਰਾਮ ਦਾ ਪਟਕਾ ਉਸ ਬਣਾਇਆ ਪਟਕਾ ਧੋਤਾ ਗੰਗਾ ਕੰਢੇ ਚੰਦ ਤੇ ਤਾਰਿਆਂ ਨੇ ਸੂਰਜ ਦੇਵਤੇ ਕੰਨੀਆਂ ਫੜ ਕੇ ਆਪ ਸਕਾਇਆ ਪਟਕਾ ਲੈ ਕੇ ਉੱਤੋਂ ਫੇਰ ਨਹੀਂ ਪੰਜਾਂ ਪੀਰਾਂ ਨੇ ਮੱਝਾਂ ਚਾਰ ਦਿਨੀਆਂ ਰਾਂਝੇ ਕੋਲ ਪਜਾਇਆ ਇੰਨੇ ਭਗਤਾਂ ਦੇ ਨਹੀਂ ਲੱਗੇ ਅਤੇ ਪਟਕੇ ਨੂੰ ਪਟਕਾ ਐਰ ਗਿਆ ਨਾ ਦੇਵ ਨੇ ਸੱਚ ਸੁਣਾਇਆ ਪਟਕਾ ਐਰ ਗਿਆ ਨਾ ਦੇਵ ਨੇ ਸੱਚ ਸੁਣਾਇਆ। ਅੱਛਾ ਵਾਹ ਜੀ ਵਾਹ ਦੇਵ ਤਰੀਕੇ ਵਾਲਾ ਦੇਵ ਤਰੀਕੇ ਵਾਲਾ। ਅੱਛਾ ਅੱਛਾ ਤੁਹਾਨੂੰ ਲਿਖਤਾਂ ਯਾਦ ਹੈ ਇਹਨਾਂ ਦੀ ਸਭ ਸੁਣੀਆਂ ਹੋਈਆਂ ਤੁਸੀਂ ਹੈ ਸੁਣਦੇ ਰਹਿੰਦੇ ਤੇ ਆ ਗੀਤਕਾਰ ਜਿੰਨੇ ਵੀ ਤੇ ਨਾ ਉਹਨਾਂ ਦਾ ਫਿਰ ਤੇ ਜੱਬੋ ਮਾਜਰੇ ਵਾਲੇ ਨੂੰ ਵੀ ਮਿਲੇ ਗਿੱਲ ਨੂੰ ਵੀ ਅੱਛਾ ਤੇ ਮਿਲ ਜਾਂਦੇ ਤੇ ਕਿਤੇ ਆਮ ਅਸੀਂ ਕਿੱਲੀ ਮਾਨਕ ਤੋਂ ਵੀ ਦੋ ਚਾਰ ਮਤਲਬ ਇੱਕ ਰੱਬੀ ਹੁੰਦਾ ਤਾਂ ਰੱਬੀ ਰੱਬੀ ਕੇਸਰ ਦੀ ਕੇਸਰ ਉਹਦੇ ਬੈਰਮਪੁਰੀਆ ਹਾਂ ਰੱਬੀ ਬੈਰਮਪੁਰੀਆ ਉਹਦੇ ਨਾਲ ਕੇਸਰ ਦੀ ਕੇਸਰ ਅੱਛਾ ਤੇ ਇੱਕ ਹੋਰ ਤਾਂ ਉਹਦੇ ਨਾਲ ਰੱਬੀ ਲਾਭ ਚਿਤਾਮਲੀ ਵਾਲਾ ਲਾਭ ਚਿਤਾਮਲੀ ਵਾਲਾ ਲਾਭ ਚਿਤਾਮਲੀ ਵਾਲਾ ਤਾਂ ਆਪਣੇ ਨੇੜੇ ਆ। ਹਾਂ ਇਹ ਅਸੀਂ ਬਹੁਤ ਇਹਨਾਂ ਮੈਂ ਤੁੰਬੀ ਵਾਲਿਆਂ ਨੇ ਗਾਉਣਾ ਚਿੱਟੇ ਕੱਪੜੇ ਤੁਰੇ ਛੱਡੇ ਬਿਨਾਂ ਚਿੱਟੇ ਅੱਛਾ ਮਕਾਨ ਨੂੰ ਕਹਿੰਦਾ ਰੌਣਕੇ ਹੋਰ ਹੋ ਜਾਂਦੀ। ਅੱਛਾ ਅੱਛਾ ਹੈ ਹੈ ਰੱਬੀ ਬਹੁਤ ਸੁਣਿਆ ਸੀ। ਅੱਛਾ ਰੱਬੀ ਮੈਂ ਤਾਂ ਵੀ ਅੱਜ ਰੱਬੀ ਨੇ ਲੱਗਣਾ ਰੱਬੀ ਨੇ ਲੱਗਣਾ। ਅੱਛਾ ਪੂਰਾ ਹੁੰਦਾ ਤਾਂ ਪੂਰਾ ਜ਼ਿਆਦਾ ਲੰਮੇ ਤਿੰਨੇ ਜਵਾਨ ਇੱਕ ਜੇ ਤੇ ਬਹੁਤ। ਅੱਛਾ ਰੱਬੀ ਬੈਰੋਂਪੁਰੀ ਹਾਂ ਤੇ ਨਾਲ ਨਾਲ ਲਾਭ ਚਿਤਾਮਲੀ ਅੱਛਾ ਕੇਸਰ ਸੀ ਕੇਸਰ ਕੇਸਰ ਸਿੰਘ ਕੇਸਰ ਹਾਂ ਅੱਛਾ ਅੱਛਾ ਐਂਡ ਤੁਰਲੇ ਵਾਲੀਆਂ ਪੱਗਾਂ ਹਾਂ ਅੱਛਾ
ਰੱਬੀ ਰੱਬੀ ਤਾਂ ਬਹੁਤ ਮਤਲਬ ਕਿ ਗੱਡ ਕੇ ਗਾਉਂਦਾ ਹੈ ਖੜਾ ਰੱਬੀ ਦਾ ਅੱਛਾ ਰੱਬੀ ਦਾ ਅਸੀਂ ਛੱਡਿਆ ਨਹੀਂ ਕਿਤੇ ਵੀ ਇੰਤਕਾਲ ਲੱਗਿਆ ਤਾਂ ਅੱਛਾ ਰੱਬੀ ਅਸੀਂ ਗਏ ਰਾਤ ਨੂੰ ਦੇਖਣ ਅੱਛਾ ਤਾਂ ਤਾਂ ਹੋ ਗਈ ਅੱਛਾ 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 ਗਾਉਂ ਤੇ ਤੁੰਬੇ ਨਾਲ ਵਾਜੀ ਉਹ ਤਾਂ ਸਮੇਂ ਵਧੀਆ ਤੇ ਹਣਾ ਸਮੇਂ ਬਹੁਤ ਵਧੀਆ ਤੇ ਅੱਛਾ ਕੁਝ ਹੋਰ ਐਦਾਂ ਹੀ ਆਣ ਦਿਓ ਕੋਈ ਪੁਰਾਣਾ ਲੋਕ ਤੱਥ ਜਾਂ ਕੋਈ ਆਪਣਾ ਲਿਖਿਆ ਜਾਂ ਕੁਝ ਵੀ ਆਣ ਦਿਓ ਅੱਛਾ ਹਾਂ ਭੋਜਨ ਤੇ ਭਜਨ ਖਜ਼ਾਨਾ ਪੜਦੇ ਬਿਨ ਰੱਖੀਏ ਨਾ ਆਪਣੀ ਗੱਲ ਕਹਿ ਕੇ ਕਹਿੰਦੇ ਆਪੇ ਹੀ ਹੱਸੀਏ ਨਾ ਬੂਹੇ ਤੇ ਅੱਕ ਸਿਆਣੇ ਕਹਿੰਦੇ ਕਦੇ ਲਾਈਏ ਨਾ ਪੁੱਤਰ ਦੀ ਕਸਮ ਕਦੇ ਵੀ ਲੱਖਾਂ ਵਿੱਚ ਖਾਈਏ ਨਾ ਘਰ ਦਾ ਤਾਂ ਭੇਤ ਕਿਸੇ ਨੂੰ ਦੱਸਣਾ ਨਹੀਂ ਚਾਹੀਦਾ ਰੋਂਦਾ ਤੱਕ ਦੁਖੀਏ ਤਾਂ ਹੀ ਹੱਸਣਾ ਨਹੀਂ ਚਾਹੀਦਾ ਬੱਚਿਆਂ ਨੂੰ ਮਾੜੀ ਆਦਤ ਮੁੱਢ ਤੇ ਹੀ ਪਾਈਏ ਨਾ ਪੁੱਤਰ ਦੀ ਕਸਮ ਕਦੇ ਵੀ ਲੱਖਾਂ ਵਿੱਚ ਖਾਈਏ ਨਾ ਤੀਵੀਂ ਨੂੰ ਬਿਨਾਂ ਕੰਮ ਤੋਂ ਪੇਕੇ ਕਰ ਛੱਡੀਏ ਨਾ ਮੰਗਣਾ ਹੈ ਮਰਨ ਬਰੋਬਰ ਐਵੇਂ ਹੱਥ ਅੱਡੀਏ ਨਾ ਆਉਂਦਾ ਨਹੀਂ ਸਬਰ ਦੇ ਹੱਥੀ ਕਿਰਤ ਕਮਾਈਏ ਨਾ ਪੁੱਤਰ ਦੀ ਕਸਮ ਕਦੇ ਵੀ ਲੱਖਾਂ ਵਿੱਚ ਖਾਈਏ ਨਾ ਉਹ ਕਰਕੇ ਇਤਵਾਰ ਬੈਰੀ ਦੀਆਂ ਗੱਲਾਂ ਵਿੱਚ ਆਈਏ ਨਾ ਦੁਸ਼ਮਣ ਨਾਲ ਦਾਰੂ ਪੀ ਕੇ ਉਹਦੇ ਘਰ ਜਾਈਏ ਨਾ ਘੱਟ ਦੀ ਇੱਜ਼ਤ ਬਹੁਤਾ ਸਹੁਰੇ ਘਰ ਜਾਈਏ ਨਾ ਪੁੱਤਰ ਦੀ ਕਸਮ ਕਦੇ ਵੀ ਲੱਖਾਂ ਵਿੱਚ ਖਾਈਏ ਨਾ ਕਰਨਾ ਜੇ ਕਬਜ਼ਾ ਕੀਤੀ ਹੋਵੇ ਪਿੱਛੋਂ ਵੀ ਡਰੀਏ ਨਾ ਨਿੰਦਿਆ ਤੇ ਚੁਗਲੀ ਮਾੜੀ ਚੋਰੀ ਵੀ ਕਰੀਏ ਨਾ ਸੱਚੀ ਗੱਲ ਧਾਰੀਵਾਲ ਦੀ ਮੁੱਖ 'ਚੋਂ ਭੁਲਾਈਏ ਨਾ ਪੁੱਤਰ ਦੀ ਕਸਮ ਕਦੇ ਵੀ ਲੱਖਾਂ ਵਿੱਚ ਖਾਈਏ ਨਾ ਪੁੱਤਰ ਦੀ ਕਸਮ ਕਦੇ ਵੀ ਲੱਖਾਂ ਵਿੱਚ ਖਾਈਏ ਬਹੁਤ ਵਧੀਆ ਜੀ ਪੁੱਤਰ ਦੀ ਕਸਮ ਕਦੇ ਵੀ ਲੱਖਾਂ ਵਿੱਚ ਖਾਈਏ ਨਾ ਅੱਛਾ ਰੱਬੀ ਬੈਰੋਂਪੁਰੀ ਦੀ ਗੱਲ ਦੁਬਾਰਾ ਕਰੀਏ ਆਪਾਂ ਹਾਂਜੀ ਰੱਬੀ ਬੈਰੋਂਪੁਰੀ ਕਹਿੰਦੇ ਵੀ ਭੰਗੜਾ ਬਹੁਤ ਸੋਹਣਾ ਪਾਉਂਦਾ ਸੀ ਭੰਗੜਾ ਬਹੁਤ ਵਧੀਆ ਹੈ ਭੰਗੜਾ ਬਹੁਤ ਉਹ ਤਾਂ ਅਸੀਂ ਹੁਣ ਛੋਟੇ ਹੁੰਦੇ ਤੇ ਸ਼ੌਂਕ ਬਹੁਤ ਆ ਸਾਨੂੰ ਅੱਛਾ ਹਾਂ ਛੋਟੇ ਹੁੰਦੇ ਤੇ ਅਸੀਂ ਜਾਣਾ ਰੱਬੀ ਨਵੇਂ ਨਵੇਂ ਸਾਈਕਲਾਂ ਪਰ ਲੰਘ ਜਾਂਦੇ ਹਾਂ ਬਸ ਸਾਈਕਲਾਂ ਇੱਥੇ ਤਾਂ ਚਿੰਤਕਰ ਤਾਂ ਤੁਰ ਕੇ ਹੀ ਰਾਤ ਇੱਥੇ ਅੱਛਾ ਹਾਂ ਵਿੱਚ ਬੜੇ ਤੁਰ ਕੇ ਹੀ ਲੰਘ ਜਾਣਾ ਘਰਦੇ ਵੀ ਬਹੁਤ ਖੇਡੇ ਹੁੰਦੇ ਆਹ ਕੰਮ ਜ਼ਿਆਦਾ ਕੰਮ ਬਹੁਤ ਹੁੰਦੇ ਤੇ ਅੱਛਾ ਕੰਮ ਤਾਂ ਹੁਣ ਵੀ ਹੁਣ ਬੰਦਾ ਟਾਈਮ ਬਣਾ ਲੈਂਦਾ ਉਦੋਂ ਤਾਂ ਫਿਰ ਸਿਰੀ ਲਿਆਉਣੇ ਹੁੰਦੇ ਤੇ ਨਾ ਹਾਂ ਉਹ ਤਾਂ ਪੱਠੇ ਵੱਢਣੇ ਪਹਿਲਾਂ ਫਿਰ ਅੱਛਾ ਕੋਈ ਹੋਰ ਚੀਜ਼ ਆਣ ਦਿਓ ਹੁਣ ਅੱਜ ਅਸੀਂ ਸਰੋਤਿਆਂ ਨੂੰ ਦੱਸਣਾ ਵੀ ਬੰਦਾ ਇਹੋ ਜਿਹਾ ਹੈਗਾ ਵੀ ਜੋ ਮਰਜ਼ੀ ਆਣ ਦਿਓ ਅੰਦਰ ਤੋਂ ਭਰਿਆ ਹੋਇਆ ਹੈ ਹਾਂਜੀ ਕਾਕਾ ਜੀ ਹੁਣ ਹੋਰ ਕਿਆ ਆਊਗਾ ਹੋਰ ਤਾਂ ਜੀ ਹੁਣ ਬੋਲੀਆਂ ਲੈ 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 ਜਮੀ ਸਿਰੇ ਕਰਾਉਂਗੇ ਲੱਗਦਾ ਲੋਕ ਤੱਤ ਬੋਲੀਆਂ ਚੱਲਣ ਦਿਓ ਜੀ ਆਣ ਦਿਓ ਉਹ ਮੁੱਛ ਮਰਦ ਦੀ ਗੁੱਤੇ ਔਰਤ ਦੀ ਸੋਹਣੀ ਲੱਗੇ ਸ਼ਿੰਗਾਰੀ ਮੁੱਛ ਮਰਦ ਦੀ ਗੁੱਤਾ ਔਰਤ ਦੀ ਸੋਹਣੀ ਲੱਗੇ ਸ਼ਿੰਗਾਰੀ ਭੋਜਨ ਭੱਜਣ ਖਜ਼ਾਨਾ ਹੈ ਔਰਤ ਪੜਦੇ ਦੇ ਅਧਿਕਾਰੀ ਤੀਵੀਂ ਦੇ ਅਤ ਹੱਕੋਂ ਵਾਲੀ ਦਈਏ ਨਾ ਸਰਦਾਰੀ ਕਦੇ ਵੀ ਕਰੀਏ ਨਾ ਯਾਰਾਂ ਨਾਲ ਗਦਾਰੀ ਕਦੇ ਵੀ ਕਰੀਏ ਨਾ ਯਾਰਾਂ ਨਾਲ ਗਦਾਰੀ ਕਦੇ ਵੀ ਕਰੀਏ ਨਾ ਵਾਹ ਜੀ ਵਾਹ ਉਹ ਮਰਦ ਸੂਰਮਾ ਕਾਹਦਾ ਜੀ ਨੇ ਆਪਣੀ ਮੰਗ ਨਾ ਵਿਆਹੀ ਪਿਓ ਦਾਦੇ ਨੂੰ ਮਿਹਣਾ ਪੋਏ ਕਬਜ਼ਿਓ ਨਹੀਂ ਛੜਾਈ ਉਹਦਾ ਗਜੂਣਾ ਜੱਗ ਤੇ ਛੱਡੀ ਧੀ ਨਾ ਜਿਹਨੇ ਬਤਾਈ ਪਰਖੇ ਜਾਂਦੇ ਨੇ ਵਕਤ ਪਏ ਤੇ ਪਾਈ ਪਰਖੇ ਜਾਂਦੇ ਨੇ ਵਕਤ ਪਏ ਤੇ ਪਾਈ ਪਰਖੇ ਜਾਂਦੇ ਨੇ ਉਹ ਭੀੜ ਪਈ ਤੇ ਨਾਲ ਦਜੰਮਿਆਂ ਦੁੱਖ 'ਚੋਂ ਅੱਧ ਵਡਾਵੇ ਕੌਣ ਕਿਤੇ ਦੀ ਲੱਗੀ ਅੱਗ ਨੂੰ ਫੂਕਾਂ ਨਾਲ ਬੁਝਾਵੇ ਕਰਜ਼ੇ ਦੀ ਖਾਤਰ ਵੇਖਿਆ ਬੰਦਾ ਸੌ ਸੌ ਬਹਿਣ ਵਿਆਵੇ ਮਤਲਬ ਨਿਕਲ ਗਿਆ ਔਰ ਤਿੱਤਰ ਹੋ ਜਾਵੇ ਮਤਲਬ ਨਿਕਲ ਗਿਆ ਔਰ ਤਿੱਤਰ ਹੋ ਜਾਵੇ ਮਤਲਬ ਨਿਕਲ ਗਿਆ ਉਹ ਬਣਦੇ ਯਾਰ ਬਥੇਰੇ ਵੇਖੇ ਜੇ ਬਾਜ਼ਾਰ ਦੀ ਡੱਕੀ ਗੋਡੇ ਲੱਗ ਕੇ ਬਹਿੰਦੇ ਸਾਰੇ ਢੋਂਦੇ ਆ ਕੇ ਚੱਕੀ ਖਾਲੀ ਕੀਸਾ ਹੋ ਜਾਵੇ ਕਰ ਜਾਂਦੇ ਨੇ ਕੱਟੀ ਯਾਰ ਅੱਜ ਕੱਲ੍ਹ ਦੇ ਨਾਲ ਪਿਆਰ ਮਾਰੇ ਠੱਗੀ ਯਾਰ ਅੱਜ ਕੱਲ੍ਹ ਦੇ ਆਖਰੀ ਬੋਲੀ ਹਾਂਜੀ ਉਹ ਮਿਰਚ ਮਹੀਨਾ ਉਹ ਖੋਟਾ ਬੰਦਾ ਢਿੱਡ ਦੀ ਗੰਢ ਨਾ ਖੋਲੇ ਮਿਰਚ ਮਹੀਨਾ ਉਹ ਖੋਟਾ ਬੰਦਾ ਢਿੱਡ ਦੀ ਗੰਢ ਨਾ ਖੋਲੇ ਕਦੇ ਬਾਣੀਆਂ ਮਿਤਨਾ ਮਾਣਕਾ ਬਾਥ ਕਰਾ ਕੇ ਤੋਲੇ ਜੱਟ ਦੇ ਦਿਲਾਂ ਵਾਲ ਛਲ ਹੁੰਦਾ ਅਲਫ ਜਵਾਨੋ ਬੋਲੇ ਦਿਉਣ ਦਾ ਅਲਵੇਲਾ ਲਿਖਣੇ ਤੇ ਪਹਿਲਾਂ ਤੋਲੇ ਦਿਉਣ ਦਾ ਅਲਵੇਲਾ ਲਿਖਣੇ ਤੇ ਪਹਿਲਾਂ ਤੋਲੇ ਦਿਉਣ ਦਾ ਅਲਵੇਲਾ ਵਾਹ ਜੀ ਵਾਹ ਵਾਹ ਜੀ ਵਾਹ ਵਾਹ ਜੀ ਬਹੁਤ ਕੁਛ ਯਾਦ ਆ ਤੁਹਾਨੂੰ ਹੈ ਹਾਂਜੀ ਕਾਕਾ ਜੀ ਹੁਣ ਕਿਆ ਆ ਰਿਹਾ ਹੋਰ ਹੋਰ ਤਾਂ ਜੀ ਉਤਾਰ ਦੀ ਕਲੀ ਮਾਣਕ ਦੀ ਇੱਕ ਦੋ ਕਬੋਲ ਆ ਜੀ ਹਾਂ ਆਣ ਦਿਓ ਜੀ ਜਿਹਦੀ ਬੁਕਤ ਕਰੇ ਦਵਾਨੀ ਨਾ ਕਰੇ ਕੌਡੀ ਕਦਰ ਜਨਾਨੀ ਨਾ ਐਵੇਂ ਦਾ ਲੀਡਰ ਬਣਦਾ ਜੋ ਨਾ ਇੱਧਰ ਦਾ ਨਾ ਉੱਧਰ ਦਾ ਉਹ ਬੰਦਾ ਚੰਗਾ ਨਹੀਂ ਹੁੰਦਾ ਜੋ ਭੁੱਖਾ ਹੋਵੇ ਚੌਧਰ ਦਾ ਉਹ ਬੰਦਾ ਚੰਗਾ ਨਹੀਂ ਹੁੰਦਾ ਜੋ ਭੁੱਖਾ ਹੋਵੇ ਚੌਧਰ ਦਾ ਨਾ ਤਿੰਨਾਂ ਦਾ ਨਾ ਤੇਰਾਂ ਦਾ ਜੋ ਬਣੇ ਬਫਾਨਾ ਲੱਕੜ ਦਾ ਉਹ ਬੰਦਾ ਚੰਗਾ ਨਹੀਂ ਹੁੰਦਾ ਜੋ ਭੁੱਖਾ ਹੋਵੇ ਚੌਧਰ ਦਾ ਬਹੁਤ ਵਧੀਆ ਜੀ ਸਰੋਤਿਓ ਕਾਕਾ ਸਿੰਘ ਜੀ ਨਿਹੋਲਕਾ ਪਿੰਡ
बहुत जिहड़ियां उन्होंने थानू अपने रचनावां कुछ अपनियां कुछ दूसरे शायरां दियां लेखकां दियां सुनाईयां और सब तो बड़ी गल है सब कुछ जबानी याद है तो इन्हां जिहड़े है सधारण जे व्यक्ति पिंडां च रहण वाले देसी बंदे और देखो किन्ना कुछ याद है अजकल सानू नहीं कुछ याद हुंदा वड्डे वड्डे लेखक शायर जिहड़े है वो कापियां कढ़दे जेबां चों डायरियां कढ़दे जेबां चों ये सब कुछ नाल चक्की फिरी जांदे आ तां इन्हां दा व्लॉग जिहड़ा है तुसीं शेयर जरूर करना जी। धन्नवाद काका जी, शुक्रिया तुसीं समां दित्ता जी, कम दे विचों कम दे रजेवां विचों। बाय बाय टाटा, स्रोतियां नूं भी कर दो जी। बाय बाय।